ਇਲਾਕੇ 'ਚ ਘੁੰਮਦੀ ਸੀ ਕਾਲੇ ਰੰਗ ਦੀ ਥਾਰ। ਥਾਰ 'ਤੇ ਲਿਖਿਆ ਸੀ, ਆਣ ਮਿਲੋ ਅੜੇ ਸੋ ਚੜੇ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕੀਤੀ ਕਾਰਵਾਈ। ਥਾਰ 'ਚੋਂ ਮਿਲੀ 15 ਲੱਖ ਦੀ ਡਰੱਗ ਮਨੀ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਅਕਸਰ ਹੀ ਇਲਾਕੇ ਦੇ ਵਿੱਚ ਇੱਕ ਕਾਲੇ ਰੰਗ ਦੀ ਥਾਰ ਘੁੰਮਦੀ ਸੀ ਅਤੇ ਜਿਸ 'ਤੇ ਲਿਖਿਆ ਸੀ ਆਣ ਮਿਲੋ ਅੜੇ ਸੋ ਚੜੇ। ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਥਾਰ ਦੇ ਵਿੱਚ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਵੀ ਐਕਸ਼ਨ ਮੋਡ ਵਿੱਚ ਆਉਂਦਿਆਂ ਹੋਇਆ ਇਸ ਥਾਰ ਚਾਲਕ ਨੂੰ ਘੇਰ ਲਿਆ ਅਤੇ ਮੌਕੇ 'ਤੇ ਹੀ ਥਾਰ ਦੇ ਵਿੱਚੋਂ ਉਹਨਾਂ ਨੂੰ 15 ਲੱਖ ਦੀ ਜੋ ਡਰੱਗ ਬਣੀ ਹੈ ਉਹ ਬਰਾਮਦ ਹੋਈ। ਹਾਲਾਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬੰਦਿਆਂ ਦੇ ਵੱਲੋਂ ਥਾਰ ਦੇ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਜਦ ਪੁਲਿਸ ਨੇ ਚੈਕਿੰਗ ਕੀਤੀ ਤਾਂ CIA ਸਟਾਫ ਨੂੰ ਵੱਡੀ ਕਾਮਯਾਬੀ ਮਿਲੀ। ਥਾਰ ਦੇ ਵਿੱਚੋਂ 15 ਲੱਖ ਦੀ ਜੋ ਡਰੱਗ ਮਨੀ ਹੈ ਉਹ ਬਰਾਮਦ ਕੀਤੀ ਗਈ ਅਤੇ ਨਾਲ ਹੀ ਮੌਕੇ 'ਤੇ ਹੀ ਨਸ਼ਾ ਤਸਕਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਥਾਰ ਦੇ ਵਿੱਚੋਂ ਪੁਲਿਸ ਨੂੰ 15 ਲੱਖ ਦੀ ਡਰੱਗ ਮਨੀ ਮਿਲੀ ਹੈ ਅਤੇ ਪੁਲਿਸ ਨੇ ਨਸ਼ਾ ਤਸਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ, ਮਿਤੀ 23/9 ਨੂੰ ASI ਨਰਿੰਦਰ ਸਿੰਘ CIA ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਬਿੰਦਰ ਸਿੰਘ, ਜੋ ਉਹਨੂੰ ਮੁਖਬਰੀ ਸੀਗੀ ਨਸ਼ੇ ਦਾ ਕੰਮ ਕਰਦਾ, ਉਹ ਕਾਬੂ ਕੀਤੀ ਗਈ, ਜਿਹਦੀ ਸਰਚ ਦੌਰਾਨ 15 ਲੱਖ ਰੁਪਇਆ ਡਰੱਗ ਮਨੀ ਸਰ ਬਰਾਮਦ ਹੋਈ ਹੈ, ਜਿਸ 'ਤੇ ਅਸੀਂ FIR ਲੌਂਚ ਕੀਤੀ ਹੈ। ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੈਗੇ ਸੀਗੇ? ਬਿਲਕੁਲ ਜੀ, ਅਸੀਂ ਇਹਦਾ ਰਿਮਾਂਡ ਲੈ ਲਿਆ ਮਾਨਯੋਗ ਅਦਾਲਤ ਤੋਂ ਅਤੇ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਇਹਨੇ ਕਿਤੇ ਕਿਤੇ ਵੇਚੀ, ਕਿਤੇ ਕਿਤੇ ਹੋਰ ਪੈਸਾ ਆਇਆ, ਪ੍ਰੋਪਰ ਜਾਂਚ ਕਰਾਂਗੇ। ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ? ਜੀ ਬਿਲਕੁਲ, ਇਹ ਫਿਰੋਜ਼ਪੁਰ ਦਾ ਪੀਰ ਇਸਮਾਇਲ ਖਾਂ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਜੀ। ਇਹ ਸਰ ਇਹਦੇ 'ਤੇ ਪਹਿਲੇ ਵੀ ਕੋਈ ਮੁਕੱਦਮੇ ਦਰਜ ਹੈਗੇ ਹੈ? ਜੀ, ਇਹਦੇ 'ਤੇ ਮੁਕੱਦਮਾ ਨਹੀਂ ਦਰਜ, ਬਟ ਹਜੇ ਤੱਕ ਸਾਹਮਣੇ ਆਇਆ ਕਿ ਇਹਦਾ ਇੱਕ ਇਹਦਾ ਬੇਟਾ ਹੈ ਜਿਹਦੇ 'ਤੇ ਪਹਿਲੇ ਐਨ ਡੀ ਦੇ ਮੁਕੱਦਮੇ ਹੈਗੇ ਹੈ, ਤਫਤੀਸ਼ ਜਾਰੀ ਹੈ ਜੀ। ਅੱਜ ਇਲਾਕੇ 'ਚ ਘੁੰਮਦੀ ਸੀ ਕਾਲੇ ਰੰਗ ਦੀ ਥਾਰ। ਥਾਰ 'ਤੇ ਲਿਖਿਆ ਸੀ ਆਣ ਮਿਲੋ ਅੜੇ ਸੋ ਚੜੇ। ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ ਕੀਤੀ ਕਾਰਵਾਈ। ਥਾਰ 'ਚੋਂ ਮਿਲੀ 15 ਲੱਖ ਦੀ ਡਰੱਗ ਮਨੀ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਅਕਸਰ ਹੀ ਇਲਾਕੇ ਦੇ ਵਿੱਚ ਇੱਕ ਕਾਲੇ ਰੰਗ ਦੀ ਥਾਰ ਘੁੰਮਦੀ ਸੀ ਅਤੇ ਜਿਸ 'ਤੇ ਲਿਖਿਆ ਸੀ ਆਣ ਮਿਲੋ ਅੜੇ ਸੋ ਚੜੇ। ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਸ ਥਾਰ ਦੇ ਵਿੱਚ ਨਸ਼ਾ ਤਸਕਰੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਪੁਲਿਸ ਨੇ ਵੀ ਐਕਸ਼ਨ ਮੋਡ ਵਿੱਚ ਆਉਂਦਿਆਂ ਹੋਇਆ ਇਸ ਥਾਰ ਚਾਲਕ ਨੂੰ ਘੇਰ ਲਿਆ ਅਤੇ ਮੌਕੇ 'ਤੇ ਹੀ ਥਾਰ ਦੇ ਵਿੱਚੋਂ ਉਹਨਾਂ ਨੂੰ 15 ਲੱਖ ਦੀ ਜੋ ਡਰੱਗ ਬਣੀ ਹੈ ਉਹ ਬਰਾਮਦ ਹੋਈ। ਹਾਲਾਂਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬੰਦਿਆਂ ਦੇ ਵੱਲੋਂ ਥਾਰ ਦੇ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾ ਰਹੀ ਹੈ। ਜਦ ਪੁਲਿਸ ਨੇ ਚੈਕਿੰਗ ਕੀਤੀ ਤਾਂ CIA ਸਟਾਫ ਨੂੰ ਵੱਡੀ ਕਾਮਯਾਬੀ ਮਿਲੀ। ਥਾਰ ਦੇ ਵਿੱਚੋਂ 15 ਲੱਖ ਦੀ ਜੋ ਡਰੱਗ ਮਨੀ ਹੈ ਉਹ ਬਰਾਮਦ ਕੀਤੀ ਗਈ ਅਤੇ ਨਾਲ ਹੀ ਮੌਕੇ 'ਤੇ ਹੀ ਨਸ਼ਾ ਤਸਕਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਇੱਕ ਥਾਰ ਦੇ ਵਿੱਚੋਂ ਪੁਲਿਸ ਨੂੰ 15 ਲੱਖ ਦੀ ਡਰੱਗ ਮਨੀ ਮਿਲੀ ਹੈ ਅਤੇ ਪੁਲਿਸ ਨੇ ਨਸ਼ਾ ਤਸਕਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ, ਮਿਤੀ 23/9 ਨੂੰ ASI ਨਰਿੰਦਰ ਸਿੰਘ CIA ਸਟਾਫ ਵੱਲੋਂ ਇੱਕ ਸ਼ੱਕੀ ਗੱਡੀ ਜਿਹੜੀ ਥਾਰ ਸੀ ਉਹਦੇ ਵਿੱਚ ਜਿਹੜਾ ਗੱਡੀ ਸਵਾਰ ਸੀਗਾ ਬਿੰਦਰ ਸਿੰਘ, ਜੋ ਉਹਨੂੰ ਮੁਖਬਰੀ ਸੀਗੀ ਨਸ਼ੇ ਦਾ ਕੰਮ ਕਰਦਾ,
ਉਹ ਕਾਬੂ ਕੀਤੀ ਗਈ, ਜਿਹਦੀ ਸਰਚ ਦੌਰਾਨ 15 ਲੱਖ ਰੁਪਇਆ ਡਰੱਗ ਮਨੀ ਸਰ ਬਰਾਮਦ ਹੋਈ ਹੈ, ਜਿਸ 'ਤੇ ਅਸੀਂ FIR ਲੌਂਚ ਕੀਤੀ ਹੈ। ਅੱਗੇ ਸਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹਦੇ ਕਿੰਨੇ ਨਾਲ ਲਿੰਕ ਹੈਗੇ ਸੀਗੇ? ਬਿਲਕੁਲ ਜੀ, ਅਸੀਂ ਇਹਦਾ ਰਿਮਾਂਡ ਲੈ ਲਿਆ ਮਾਨਯੋਗ ਅਦਾਲਤ ਤੋਂ, ਅਤੇ ਇਹਦੇ ਫਾਰਵਰਡ ਅਤੇ ਬੈਕਵਰਡ ਲਿੰਕ ਇਹਨੇ ਕਿੱਥੇ ਕਿੱਥੇ ਵੇਚੀ, ਕਿੱਥੋਂ ਕਿੱਥੇ ਹੋਰ ਪੈਸਾ ਆਇਆ, ਪ੍ਰੋਪਰ ਜਾਂਚ ਕਰਾਂਗੇ। ਇਹ ਸਰ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ? ਜੀ ਬਿਲਕੁਲ, ਇਹ ਫਿਰੋਜ਼ਪੁਰ ਦਾ ਪੀਰ ਇਸਮਾਇਲ ਖਾਂ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਜੀ। ਇਹ ਸਰ ਇਹਦੇ 'ਤੇ ਪਹਿਲੇ ਵੀ ਕੋਈ ਮੁਕੱਦਮੇ ਦਰਜ ਹੈਗੇ ਆ? ਜੀ ਇਹਦੇ 'ਤੇ ਮੁਕੱਦਮਾ ਨਹੀਂ ਦਰਜ, ਬਟ ਹਜੇ ਤੱਕ ਸਾਹਮਣੇ ਆਇਆ ਕਿ ਇਹਦਾ ਇੱਕ ਇਹਦਾ ਬੇਟਾ ਹੈ ਜਿਹਦੇ 'ਤੇ ਪਹਿਲੇ ND ਦੇ ਮੁਕੱਦਮੇ ਹੈਗੇ ਆ, ਤਫਤੀਸ਼ ਜਾਰੀ ਹੈ ਜੀ।